सो सत श्री अकाल गाइज, किदां सारे जाने, स्वागत है तुहाडा एक होर नवीं वीडियो दे विच, जिहदे विच अज आपां देखांगे कि आपां अपना जिहड़ा ट्रैक रेडी कीता आ फ्रॉम बिगनिंग टू एंड, ठीक है जी। मतलब एंड हजे होया नहींगा, तो उहदी आपां अगे फरदर अरेंजमेंट किदां करनी आ, ठीक है जी। मतलब आ जिहड़ा इत्थे सैक्शन खाली पिया आ, ये आपां सारा किदां पाउणा, ठीक है जी। सो बने रहो वीडियो दे नाल। जे साडा चैनल वधिया लगदा आ, इदां दा कंटेंट ही तुहानूं पसंद आ, तां सबसक्राइब जरूर कर लिओ। थले कमेंट करके दस्सिओ कि वीडियो तुहानूं किदां दी लगेगी। सो आओ जी, सब तो पहला सुन लैने कि आप पिछली वीडियोज़ के की कर लिया सीगा। जे तुहानू पसंद आया तो पिछलियां वीडियोज़ भी जरूर चैकआउट करो। ये होगी जी अपनी इंट्रो। उस तो बाद आउंदा अपना वर्स, पहला वर्स। ਰੱਖਦਾ ਹਾਂ ਤੇਰੇ ਉੱਤੇ ਨਾਗਮਣੀ ਵਾਂਗਨੀ, ਠੋਡੀ ਉੱਤੇ ਤੇਰੇ ਬਿੱਲੋ ਕਾਲਾ ਜਿਹਾ ਦਾਗਨੀ, ਨਿਗਾ ਰੱਖਦਾ ਹਾਂ ਤੇਰੇ। ਠੀਕ ਹੈ ਜੀ। ਉਸ ਤੋਂ ਬਾਅਦ ਆਉਂਦਾ ਆਪਣਾ ਪ੍ਰੀ ਕੋਰਸ। ਗਣੀ ਚ ਜੱਟੀਏ ਪਹਿਲੀ ਤੱਕਣੀ ਚ ਜੱਟੀਏ, ਦਿਲ ਸਿਰੇ ਤੱਕ ਮੈਂ ਤੇਰਾ ਦਾ ਠਾਰਗੀ ਨੇ ਨਾਗਣੀ ਜੀ ਤੋਂ। ਇੱਥੋਂ ਫਿਰ ਆਪਣੀ ਹੋ ਜਾਣੀ ਆ ਸ਼ੁਰੂ ਕੋਰਸ। ਔਰ ਜੱਟੀਏ ਡੰਗ ਮਿੱਤਰਾਂ ਦੇ ਸੀਨੇ ਉੱਤੇ ਮਾਰ ਤੇਰੀ ਨਾਗਣੀ ਜੀ ਤੋਂ, ਔਰ ਜੱਟੀਏ ਡੰਗ ਮਿੱਤਰਾਂ ਦੇ ਸੀਨੇ ਉੱਤੇ ਮਾਰਦੀ। ਠੀਕ ਹੈ ਜੀ, ਇੰਨਾ ਤੁਸੀਂ ਸੁਣਿਆ ਆ। ਹੁਣ ਅੱਗੇ ਆਪਾਂ ਦੇਖਣਾ ਕਿ ਅੱਗੇ ਆਪਾਂ ਇਹਦੀ ਅਰੇਂਜਮੈਂਟ ਕਿੱਦਾਂ ਕਰਨੀ ਆ। ਸਭ ਤੋਂ ਪਹਿਲਾਂ ਤਾਂ ਤੁਸੀਂ ਕੀ ਕਰਨਾ, ਆ ਜਿੰਨਾ ਵੀ ਪਿੱਛੇ ਸਮਾਨ ਪਿਆ ਇਹਨੂੰ ਚੱਕ ਕੇ ਸਿਲੈਕਟ ਕਰਕੇ ਸ਼ਿਫਟ ਪਲੱਸ ਰਾਈਟ ਐਰੋ ਦੇ ਨਾਲ ਇਹਨੂੰ ਇੱਧਰ ਉੱਧਰ ਕਰਨਾ ਆ। ਇਹ ਹੋਇਆ, ਇੱਦਾਂ ਫੜ ਕੇ ਕਰ ਲੈਣਾ ਆ, ਠੀਕ ਹੈ ਜੀ। ਅਤੇ ਇੱਥੇ ਹੁਣ ਆਪਾਂ ਕੀ ਕਰਨਾ ਆ, ਇੱਥੋਂ ਲਾਈਨ ਸਿਲੈਕਟ ਕਰਕੇ, ਇਹਦੀ ਵੀ ਮੈਂ ਪਰਟੀਕੁਲਰ ਵੀਡੀਓ ਲੈ ਕੇ ਆਊਂਗਾ ਕਿ ਇਹ ਕੀ ਚੀਜ਼ ਹੁੰਦੀ ਆ, ਇੰਨਾ ਕੁਛ ਇੱਥੇ, ਠੀਕ ਹੈ ਜੀ। ਫਿਲਹਾਲ ਲਈ ਇੰਨਾ ਸਮਝੋ ਕਿ ਆ ਇੱਥੇ ਲਾਈਨ ਸਿਲੈਕਟ ਕਰਕੇ ਤੁਸੀਂ ਕੀ ਕਰਨਾ ਆ, ਸਭ ਤੋਂ ਪਹਿਲਾਂ ਤਾਂ ਆਪਣੇ ਡਰਮਸ ਕਾਪੀ ਕਰ ਲੈਣੇ ਆ ਸਾਰੇ, ਕੰਟਰੋਲ ਪਲੱਸ ਬੀ ਦੇ ਨਾਲ ਡਰਮਸ ਕਾਪੀ ਕਰ ਲਏ, ਠੀਕ ਹੈ ਜੀ। ਉਸ ਤੋਂ ਬਾਅਦ ਲਾਉਣੇ ਆ ਆਪਣੇ ਇੰਸਟਰੂਮੈਂਟਸ ਸਾਰੇ, ਜਿੰਨੇ ਵੀ ਆਪਾਂ ਕੰਸੋਲੀਡੇਟ ਕੀਤੇ ਆ। ਇਹ ਲਾਤੇ ਆਪਣੀ ਬੇਸ ਲਾ ਦਿਓ, ਉਸ ਤੋਂ ਬਾਅਦ ਲਾ ਦਿਓ ਆਪਣਾ ਕ੍ਰੈਸ਼। ਕ੍ਰੈਸ਼ ਲੱਗ ਗਿਆ। ਹੁਣ ਇਹਦੇ ਅੰਦਰ ਪਹਿਲੀ ਟਿਪ ਮੈਂ ਤੁਹਾਨੂੰ ਕੀ ਦੇਣੀ ਆ ਕਿ ਇੱਥੇ ਜਿਹੜੀ ਆਪਾਂ ਕੱਟ ਵੱਢ ਕਰਕੇ ਅਰੇਂਜਮੈਂਟ ਕਰਨੀ ਹੈ। ਕੱਟ ਵੱਢ ਦਾ ਮਤਲਬ ਮੈਂ ਤੁਹਾਨੂੰ ਅੱਗੇ ਸਮਝਾਉਣਾ ਆ, ਠੀਕ ਹੈ ਜੀ। ਪਹਿਲਾਂ ਤੁਸੀਂ ਇਹ ਸੁਣੋ ਵੀ ਇਹ ਕੀ ਬਣਿਆ। ਔਰ ਜੱਟੀਏ ਡੰਗ ਮਿੱਤਰਾਂ ਦੇ ਸੀਨੇ ਉੱਤੇ ਮਾਰ ਤੇਰੀ ਨਾਗਣੀ ਜੀ ਤੋਂ, ਔਰ ਜੱਟੀਏ ਡੰਗ ਮਿੱਤਰਾਂ ਦੇ ਸੀਨੇ ਉੱਤੇ ਮਾਰਦੀ। ਠੀਕ ਹੈ ਜੀ, ਇਹ ਤੁਸੀਂ ਦੇਖਿਆ ਕਿ ਬਿਲਕੁਲ ਹੀ ਬਲੈਂਕ ਲੱਗਦਾ ਆ। ਸਭ ਤੋਂ ਪਹਿਲਾਂ ਤਾਂ ਇਹ ਕੀ ਚੀਜ਼ ਕਰਨੀ ਆ ਆਪਾਂ ਕਿ ਡਰਮਸ ਦੇ ਵਿੱਚ ਥੋੜ੍ਹੀ ਵੈਰੀਏਸ਼ਨ ਕਰਾਂਗੇ, ਠੀਕ ਹੈ ਜੀ। ਇਹ ਬਹੁਤ ਦਿੱਕਤ ਆਉਂਦੀ ਆ ਪ੍ਰੋਡਿਊਸਰਸ ਨੂੰ ਕਿ ਉਹ ਵੈਰੀਏਸ਼ਨ ਕਰਦੇ ਨਹੀਂ ਹੈਗੇ, ਫਿਰ ਉਹਨਾਂ ਦਾ ਗਾਣਾ ਵਧੀਆ ਨਹੀਂ ਬਣਦਾ, ਫਿਰ ਸਾਡੇ ਵਰਗਿਆਂ ਦੀ ਵੀਡੀਓ ਥੱਲੇ ਕਮੈਂਟ ਕਰ ਦਿੰਦੇ ਆ ਕਿ ਵੀਰੇ ਕਰਦੇ ਤਾਂ ਬਹੁਤ ਕੁਛ ਆ ਪਰ ਕੁਆਲਿਟੀ ਨਹੀਂ ਨਿਕਲਦੀ, ਠੀਕ ਹੈ ਜੀ। ਸੋ ਕੁਆਲਿਟੀ ਨਿਕਲਦੀ ਨਹੀਂ ਹੁੰਦੀ, ਕੱਢਣੀ ਪੈਂਦੀ ਆ ਮਿਹਨਤ ਕਰਕੇ ਅਤੇ ਐਕਸਪੀਰੀਅੰਸ ਦੇ ਨਾਲ, ਠੀਕ ਹੈ ਜੀ, ਪ੍ਰੈਕਟਿਸ ਕਰਕੇ। ਹੁਣ ਆਪਾਂ ਕੀ ਕੀਤਾ ਆ ਕਿ ਇੱਥੋਂ ਜਿਹੜੇ ਦੋ ਬਾਰ ਦਾ ਗੈਪ ਸੀਗਾ, ਮਤਲਬ ਚਾਰ ਚਾਰ ਸਟੈਪ ਦਾ, ਮਤਲਬ ਦੋ ਸਟੈਪ ਦਾ ਚਾਰ ਚਾਰ ਬਾਰ ਦਾ ਜਿਹੜਾ ਗੈਪ ਸੀਗਾ ਉਹ ਕੱਟ ਕਰਕੇ ਇੱਥੇ ਕਰਤਾ, ਮਤਲਬ ਕੱਟ ਕਰਤਾ ਆ। ਹੁਣ ਆਪਾਂ ਸੁਣਦੇ ਹਾਂ ਕਿ ਕੀ ਬਣਿਆ। ਉੱਤੇ ਮਾਰਦੀ। ਠੀਕ ਹੈ ਜੀ, ਜਿਹੜਾ ਤੁਹਾਡਾ ਪਹਿਲਾਂ ਤੁਹਾਨੂੰ ਧੱਕਾ ਦਿੱਤਾ ਸੀ ਗਾਣੇ ਨੂੰ, ਉਹ ਥੋੜ੍ਹਾ ਥੰਮ ਗਿਆ। ਉਸ ਤੋਂ ਬਾਅਦ ਇੱਕ ਨਵੀਂ ਚੀਜ਼ ਦੇ ਨਾਲ ਉਹਨੂੰ ਫੇਰ ਧੱਕਾ ਦੇਣਾ ਹੈ, ਮਤਲਬ ਨਵੀਂ ਚੀਜ਼ ਦੇ ਨਾਲ ਉਹਨੂੰ ਫੇਰ ਸ਼ੁਰੂ ਕਰਨਾ ਆ। ਉਸ ਤੋਂ ਬਾਅਦ ਆਪਾਂ ਕੀ ਕਰਾਂਗੇ, ਜਿਹੜੇ ਆਪਣੇ ਸੈਂਪਲ ਬਣਾਏ ਸੀਗੇ ਆਪਾਂ, ਜਿਹੜੇ ਬੰਦਿਆਂ ਨੇ ਪੁਰਾਣੀਆਂ ਵੀਡੀਓਜ਼ ਦੇਖੀਆਂ ਨੇ ਉਹਨਾਂ ਨੂੰ ਪਤਾ ਹੋਊਗਾ ਕਿ ਆਪਾਂ ਇਹ ਕੀ ਕੁਛ ਕੀਤਾ ਆ। ਸੋ ਵੀਡੀਓਜ਼ ਜਾ ਕੇ ਜ਼ਰੂਰ ਦੇਖੋ। ਖੁਦ ਸੈਂਪਲ ਬਣਾਏ ਸੀਗੇ ਐਫਲ ਸਟੂਡੀਓ ਦੇ ਅੰਦਰ, ਠੀਕ ਹੈ ਜੀ। ਅਤੇ ਹੁਣ ਜਿਹੜੇ ਆਪਾਂ ਸੈਂਪਲ ਬਣਾਏ ਸੀਗੇ ਇਹਨਾਂ ਨੂੰ ਵੀ ਕੱਟ ਕਰਕੇ ਦੇਖਦੇ ਹਾਂ ਕਿ ਕੀ ਬਣਦਾ ਆ, ਕਿਉਂਕਿ ਆਪਾਂ ਐਕਸਪੈਰੀਮੈਂਟ ਕਰਕੇ ਹੀ ਵੇਖਣਾ ਆ, ਕਦੇ ਲਾ ਕੇ ਕਦੇ ਹਟਾ ਕੇ। ਅਤੇ ਇੱਕ ਤੁਸੀਂ ਕੀ ਕਰਨਾ, ਇੱਥੋਂ ਬੇਸ ਵੀ ਹਟਾ ਦਿਓ। ਹੁਣ ਸੁਣਦੇ ਹਾਂ ਜੀ। ਅਤੇ ਇੱਕ ਇੱਥੇ ਜਿਹੜੀ ਆਪਣੀ ਰਿਵਰਸ ਕ੍ਰੈਸ਼ ਸੀਗੀ ਉਹ ਵੀ ਲਾ ਦਿੰਦੇ ਹਾਂ, ਕ੍ਰੈਸ਼ ਆ ਪਤਾ ਨਹੀਂ ਕੀ ਆ ਇਹ। ਅਤੇ ਇੱਕ ਆਪਣਾ ਜਿਹੜਾ ਸੈਂਪਲ ਪੈਕ ਆਉਣਾ ਆ 3000 ਸਬਸਕ੍ਰਾਈਬਰ ਵਾਲਾ, ਉਹ ਗੋਲ ਛੇਤੀ ਛੇਤੀ ਕੰਪਲੀਟ ਕਰ ਦਿਉ। ਸੈਂਪਲ ਪੈਕ ਮੈਂ ਹੌਲੀ ਹੌਲੀ ਰੈਡੀ ਕਰੀ ਜਾਂਦਾ ਹਾਂ, ਜਦੋਂ ਹੀ ਉਹ ਕੰਪਲੀਟ ਹੋ ਗਿਆ ਆਪਾਂ ਡ੍ਰੌਪ ਕਰ ਦੇਣਾ। ਸੋ ਆਓ ਜੀ ਅੱਗੇ ਸੁਣਦੇ ਹਾਂ। ਅਤੇ ਜੇ ਆਪਾਂ ਸਵੀਪ ਅਪ ਨਾ ਲਾਈਏ, ਆਪਾਂ ਸਵੀਪ ਅਪ ਰਹਿਣ ਹੀ ਦਿੰਦੇ ਹਾਂ, ਐਫੈਕਟਸ ਕੋਈ ਇੱਥੇ ਕੁਛ ਹੋਰ ਲਾਵਾਂਗੇ, ਠੀਕ ਹੈ ਜੀ। ਹੁਣ ਇੱਥੇ ਆਪਾਂ ਕੀ ਕਰਨਾ ਆ, ਇੱਥੇ ਵੀ ਆਪਾਂ ਇੱਕ ਥੋੜ੍ਹਾ ਜਿਹਾ ਡਰਮ ਦਾ ਫਿਲਰ ਦੇਵਾਂਗੇ ਜਾਂ ਇੱਥੇ ਕੋਈ ਮੈਲਡੀ ਦਾ ਫਿਲਰ ਦੇਵਾਂਗੇ, ਠੀਕ ਹੈ ਜੀ। ਜਾਂ ਤਾਂ ਤੁਸੀਂ ਇੱਦਾਂ ਕਰ ਸਕਦੇ ਹੋ ਕਿ ਜਿਹੜੀ ਤੁਸੀਂ ਇੱਥੇ ਮੈਲਡੀ ਲਾਉਣੀ ਆ ਉਹਨੂੰ ਤੁਸੀਂ ਕੀ ਕਰ ਸਕਦੇ ਹੋ ਕਿ ਇੱਥੋਂ ਉਹਨੂੰ ਥੋੜ੍ਹੀ ਜਿਹੀ ਪਹਿਲਾਂ ਸ਼ੁਰੂ ਕਰ ਦਿਉ ਸਮ ਤੋਂ,
सम दा मतलब आ स्टार्टिंग पॉइंट हुंदा आ, ओनू क्लासिक म्यूजिक दे अंदर सम कह दिंदे आ। ठीक है जी, इत्थों तुसी चक के इस तों पहला शुरू कर सकते हो मेलडी, नहीं तो इत्थे तुसी कोई ड्रम दा फिलर ला सकते हो। ठीक है, आओ इत्थे आपां वाइब दे हिसाब नाल गाने दी कुछ जुगाड़ ला के वेखदे आ। डंग मित्रां दे सीने उत्ते मारदी ठीक है जी, ते हुण अगली टिप कि तुसी वीडियो पूरी देखनी आ, विचों छड के ना भज जिओ, क्योंकि इत्थे तुसी देखिया कि मैं छोटी जी चेंज कीती आ ते इन्ना वड्डा इंपैक्ट पिया आ। ठीक है जी, वीडियो पूरी देखोगे अगे टिप्स ट्रिक्स आउणियां आ, ओह तुहानू पता लगणगियां, उन्हां नू प्रैक्टिस करियो ते अपने गाने च अप्लाई करियो। ठीक है जी, ते जे वीडियो वधिया लगी जांदी आ तां इहनू लाइक जरूर कर दिओ, कमेंट करके दस्सिओ किद्दां दी लगी। ते हुण आपां की कर सकदे आ, इत्थे जिहड़ा रॉड्स वाला पैटर्न आ इहनू कर दिंदे आ आपां मेक यूनीक, करके देखना आ, ये नहीं कहिंदा मैं भी यही लाओ, करके वेखना सिर्फ। इत्थे आपां थोड़ी कॉर्ड्स दे विच वेरिएशन करांगे इन्ने एरिया दे विच। ठीक है जी, आओ जी आपां करके वेखदे आ। एक तुसी चीज़ हमेशा याद रखनी है कि अपने स्केल दे अंदर ही रहना आ, स्केल तो आउट नहीं होना। ठीक है जी, इनू आप हूँ मेजर कॉर्ड बना के देखते हैं कि बनता। ये आप इतने लाई है वेरिएशन की है, इनू सुनते हैं एक पिछे ले जाके थोड़ा जा पॉइंटर। ठीक है जी, इतने भी एक छोटा जा बिल्डअप बन गया कि कोई अगली चीज़ स्पैशल जी भजी भजी आनी है। ठीक है, हुण उस तो बाद आपां इत्थे कुछ लाउने आ वोकल चैंट्स। वोकल चैंट्स कहण दा भाव भी आ जिहड़ा अपना खाली एरिया इहनू भरन दे लई। ठीक है जी, ये तुहानूं बहुत दिक्कत आउंदी आ कि वीरे गाणा नहीं भरदा, ये नहीं हुंदा, वो नहीं हुंदा। सो एक आ देव सर दा देव नैक्सट लैवल फ्री वोकल सैंपल पैक आ, ये जाके जरूर डाउनलोड करो, बहुत ही वधिया सैंपल पैक आ। ਇਹਦੇ ਚੋਂ ਆਪਾਂ ਦੇਖਦੇ ਹਾਂ ਕੁਛ ਟਰਾਈ ਕਰਕੇ। Here we go. Go. Fantastic. Drop the beat, yeah. Check this out. Check. Amazing. All right. All right. All right. All right. ਆ ਲਾ ਕੇ ਦੇਖਦੇ ਹਾਂ ਇੱਕ ਆਲ ਰਾਈਟ ਵਾਲਾ। All right. ਮੇਰਾ ਦੇ ਸੀਨੇ ਉੱਤੇ ਮਾਰਦੀ। ਹੁਣ ਤੁਸੀਂ ਕੀ ਕਰਨਾ, ਇਹਨੂੰ ਆਪਣੇ ਬੀ ਪੀ ਐਮ ਦੇ ਹਿਸਾਬ ਨਾਲ ਮੈਚ ਕਰਨਾ। ਇੱਕ ਵਾਰ ਸੁਣਦੇ ਹਾਂ ਕਿ ਬਾਈ ਡਿਫੋਲਟ ਕਿੱਦਾਂ ਦਾ ਆ। ਆਲਰਾਈਟ, ਬਹੁਤ ਹੀ ਸਲੋ ਆ, ਇਹਨੂੰ ਥੋੜ੍ਹਾ ਜਿਹਾ ਇੱਥੋਂ ਸਟ੍ਰੈਚ ਕਰਕੇ ਅਤੇ ਆਪਣਾ ਜਿਹੜਾ ਬੀ ਪੀ ਐਮ ਆ ਉਹਦੇ ਹਿਸਾਬ ਨਾਲ ਕਰਾਂਗੇ। ਆਲਰਾਈਟ, ਥੋੜ੍ਹਾ ਠੀਕ ਲੱਗਿਆ ਮੈਨੂੰ। ਇਹਨੂੰ ਮਿਕਸਰ ਚੈਨਲ ਦੇ ਅੰਦਰ ਰਾਊਟ ਕਰਕੇ ਇਹਦੀ ਵੋਲਿਊਮ ਘੱਟ ਕਰ ਦਿਉ। ਥੋੜ੍ਹੇ ਜਿਹੇ ਲੂਜ਼ ਕੱਟ ਦਿਉ ਇਹਦੇ। ਠੀਕ है जी, देखिया तुसी कि वधिया वह वाइब जी दई जांदा है गाने नू। एक बार फिर सुनदे आ पिछे ले जाके, क्योंकि इदां सुन सुन के आपां नू पता लगना कि आपां इत्थे होर की कुछ अप्लाई कर सकते हैं ते की कुछ इत्थे होर पा सकते हैं। ये आ भी बहुता गंद भी नहीं पाउणा ते बहुता उहनू खाली भी नहीं रखना। ठीक है जी, भी जिहड़ा उहदी खिचड़ी भी बण जाए ते उह मतलब बिना तड़के वाली दाल भी ना रहि जाए। सो आपां रसोई घर इहनू ना बणाउंदे होए इत्थे आपां सुणदे आ। ठीक है जी, हुण आपां की करांगे, इत्थे एक ड्रम फिलर दा सैंपल लवांगे। सैंपल नहीं तां इत्थे तुहानूं मैं आप खा दिंदा बना के। ठीक है जी, तुसीं एक की करना, नवां पैटर्न लै लो। चलो नवां पैटर्न लै लिया, इहनूं आपां नाम दे दिंदे आ फिलर। फिलर नाम देता ते इहनूं आपां रखदे आ हुण इत्थे इहदे थल्ले। थल्ले रख लिया जी, क्योंकि हुण इत्थे आपां ओह तां पा नहीं सकदे कि थैं कि आपां थोड़ी गैंगस्टर जी वाइब दे दिए, ओह दा गंद पै जाणा। इत्थे आपां घैंट जी चीज़ लावांगे क्योंकि रोमांटिक जिहा गाणा आ। ठीक है जी, इह चीज़ां दा तुसीं बहुत ज़्यादा ध्यान रखना कि म्यूजिक टेस्ट आपदा बड़ा ही परफेक्ट रखना पैंदा आ एक गाणा बनाउण दे लई। ठीक है जी, हुण इत्थे थोड़ी जी फंकी जी वाइब देती है इहनू हाई हैट्स दे नाल, तुसीं सुण लो एक बार।
ਤੇ ਇਹਨੂੰ ਕੁਛ ਸਨੇਅਰਸ ਦੇ ਨਾਲ ਤੇ ਜੇ ਨੀਡ ਹੋਈ ਤਾਂ ਇੱਕ ਅੱਧੀ ਕਿੱਕ ਵੀ ਪਾ ਕੇ ਦੇਖਾਂਗੇ। ਇੱਥੇ ਆਪਾਂ ਪਰਕਸ਼ਨ ਲਾਉਣਾ ਸੀ ਗਾਈਜ਼, ਆਪਾਂ ਹਾਈ ਹੈਟ ਲਾਤੀ, ਫਿਰ ਇਹਨੂੰ ਇੱਕ ਵਾਰ ਸੋਲੋ ਸੁਣਦੇ ਹਾਂ। ਤੇ ਹੁਣ ਆਪਾਂ ਇਹਦੇ ਅੰਦਰ ਇਨਸਰਟ ਕਰਾਂਗੇ ਕੁਛ ਸ਼ੇਕਰਸ ਜਾਂ ਕੇਕ। ਇਹਨਾਂ ਨੂੰ ਕੀ ਕਰਾਂਗੇ ਆਪਾਂ, ਵੈਲੋਸਿਟੀ ਇਹਨਾਂ ਦੀ ਫਰੋਮ ਲੋ ਟੂ ਹਾਈ ਕਰ ਦਾਂਗੇ। ਇੱਕ ਵਾਰ ਸੁਣਦੇ ਹਾਂ ਕੀ ਬਣਿਆ। ਠੀਕ ਹੈ ਜੀ, ਹੁਣ ਤੁਸੀਂ ਦੇਖਿਆ ਕਿ ਤੁਹਾਡੇ ਸਾਹਮਣੇ ਡਰਮ ਫਿਲਰ ਬਣਾਇਆ ਆ ਤਾਂ ਕਿੰਨਾ ਵਧੀਆ ਲੱਗੀ ਜਾਂਦਾ ਆ। ਇਹਨੂੰ ਥੋੜ੍ਹਾ ਜਿਹਾ ਪਿੱਛੇ ਲਿਜਾ ਕੇ ਆਪਾਂ ਫੇਰ ਸੁਣਦੇ ਹਾਂ ਕਿ ਇਹ ਕੀ ਚੀਜ਼ ਬਣਦੀ ਹੈ ਅਤੇ ਕਿੱਦਾਂ ਦੀ ਲੱਗਦੀ ਆ। ਤੋਰ ਜੱਟੀਏ ਡੰਗ ਮਿੱਤਰਾਂ ਦੇ ਸੀਨੇ ਉੱਤੇ ਮਾਰ ਤੇਰੀ ਨਾਗਣੀ ਜੀ, ਤੋਰ ਜੱਟੀਏ ਡੰਗ ਮਿੱਤਰਾਂ ਦੇ ਸੀਨੇ ਉੱਤੇ ਮਾਰਦੀ। ਠੀਕ ਹੈ ਜੀ, ਅਤੇ ਹੁਣ ਆਪਾਂ ਕਰਨੀ ਆ ਅਗਲੀ ਅਰੇਂਜਮੈਂਟ ਕਿ ਆਪਾਂ ਅੱਗੇ ਕੀ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਤਾਂ ਆਪਾਂ ਵੋਕਲ ਲਈਏ ਆਪਣਾ ਅਗਲਾ, ਕਿ ਅਗਲਾ ਵੋਕਲ ਕਿਹੜਾ ਹੈ। ਬੇਸਿਕਲੀ ਤੁਸੀਂ ਸਾਰਾ ਵੋਕਲ ਹੀ ਸਿਲੈਕਟ ਕਰਕੇ ਇਹਦੇ ਨਾਲ ਨਾਲ ਲੈ ਆਓ। ਐਂਡ ਜੇ ਲੈਕਚਰ ਗਾਈਜ਼ ਥੋੜ੍ਹਾ ਜਿਹਾ ਲੰਬਾ ਹੋ ਗਿਆ ਤਾਂ ਕੰਪਰੋਮਾਈਜ਼ ਕਰ ਲਿਓ, ਵੀਡੀਓ ਦੇਖ ਕੇ ਜਾਇਓ ਪੂਰੀ, ਕਿਉਂਕਿ ਤੁਹਾਨੂੰ ਸਿੱਖਣ ਨੂੰ ਬਹੁਤ ਕੁਛ ਮਿਲਣਾ ਇਹਦੇ ਵਿੱਚੋਂ। ਠੀਕ ਹੈ ਜੀ, ਵਿੱਚ ਵਿਚਾਲੇ ਨਾ ਛੱਡ ਕੇ ਭੱਜ ਜਿਓ। ਅਤੇ ਮੈਨੂੰ ਇੰਸਟਾਗ੍ਰਾਮ 'ਤੇ ਵੀ ਜ਼ਰੂਰ ਫੋਲੋ ਕਰ ਲਿਓ ਜੇ ਕਿਸੇ ਦੀ ਕੁਐਰੀ ਵਗੈਰਾ ਹੁੰਦੀ ਆ। ਇਟਸ ਵਿਕਰਮ ਪ੍ਰੋ ਮੇਰੀ ਆਈਡੀ ਆ। ਇੱਕ ਚਿੱਤ ਕਰੇ ਮਿੱਟੀ ਇੱਕ, ਹਾਂ ਇਹ ਵੋਕਲ ਇੱਥੇ ਆਉਣਾ ਜੀ। ਇੱਕ ਚਿੱਤ ਕਰੇ ਮਿੱਟੀ ਪੈਰਾਂ ਵਾਲੀ। ਅਤੇ ਹੁਣ ਆਪਾਂ ਇੱਥੇ ਕੀ ਕਰਦੇ ਹਾਂ, ਜਿਹੜੇ ਆਪਣੇ ਡਰਮਸ ਦੀ ਕਿੱਕ, ਸਨੇਅਰ ਅਤੇ ਇੱਕ ਜਿਹੜੀ ਆ ਜਿਹੜੀ ਬੇਸਿਕ ਹਾਈ ਹੈਟ ਆ, ਇਹ ਲਾ ਕੇ ਦੇਖਦੇ ਹਾਂ ਕੀ ਵਾਈਬ ਆਉਂਦੀ ਆ। ਇੱਕ ਚਿੱਤ ਕਰੇ ਮਿੱਟੀ ਪੈਰਾਂ ਵਾਲੀ, ਚੱਕ ਲਾਂ ਦਿਲ ਦੀ ਪਟਾਰੀ ਵਿੱਚ ਸਾਂਭ ਕੇ ਹਾਂ ਰੱਖ ਲਾਂ। ਇੱਥੋਂ ਆਪਾਂ ਆ ਜਿਹੜੇ ਆ ਇਹ ਕੱਟ ਦਾਂਗੇ। ਹੁਣ ਸੁਣਦੇ ਹਾਂ ਕੀ ਬਣਿਆ। ਇੱਕ ਚਿੱਤ ਕਰੇ ਮਿੱਟੀ ਪੈਰਾਂ ਵਾਲੀ, ਚੱਕ ਲਾਂ ਦਿਲ ਦੀ ਪਟਾਰੀ ਵਿੱਚ ਸਾਂਭ ਕੇ ਹਾਂ ਰੱਖ ਲਾਂ। ਇੱਕ ਚਿੱਤ ਕਰੇ। ਠੀਕ ਹੈ ਜੀ, ਹੁਣ ਆਪਾਂ ਕੀ ਕਰ ਸਕਦੇ ਹਾਂ ਇਹਦੇ ਉੱਤੇ ਕਿ ਆ ਸ਼ੇਕਰਸ ਲਾ ਕੇ ਦੇਖਦੇ ਹਾਂ। ਇੱਕ ਚਿੱਤ ਕਰੇ ਮਿੱਟੀ ਪੈਰਾਂ ਵਾਲੀ, ਪਰ ਨਹੀਂ ਇਹਦਾ ਉਹੀ ਫਿਰ ਉਹਨੂੰ ਵਾਈਬ ਜੀ ਮਿਲ ਜਾਣੀ ਆ। ਇੱਥੇ ਲਾ ਦਿੰਦੇ ਹਾਂ ਆਪਾਂ ਰੋਡਸ ਲਾ ਦਿੰਦੇ ਹਾਂ, ਪੀਆਨੋ ਅਤੇ ਅਕੋਸਟਿਕ ਗਿਟਾਰ, ਸੁਣਦੇ ਹਾਂ ਕੀ ਬਣਿਆ। ਇੱਕ ਚਿੱਤ ਕਰੇ ਮਿੱਟੀ ਪੈਰਾਂ ਵਾਲੀ, ਚੱਕ ਲਾਂ ਦਿਲ ਦੀ ਪਟਾਰੀ ਵਿੱਚ ਸਾਂਭ ਕੇ ਹਾਂ ਰੱਖ ਲਾਂ। ਜਾਂ ਇੱਥੇ ਆਪਾਂ ਸਿਰਫ ਰੋਡਸ ਰੱਖਦੇ ਹਾਂ ਅਤੇ ਪੀਆਨੋ ਕਾਰਡਸ, ਸੁਣਦੇ ਹਾਂ ਕੀ ਬਣਿਆ। ਹੁਣ ਦੇਖੋ ਇੱਦਾਂ ਮੈਨੂੰ ਦੇਖ ਰਹੇ ਹੋ ਤੁਸੀਂ ਕਿ ਮੈਂ ਲਾ ਲਾ ਕੇ ਦੇਖ ਰਿਹਾ ਕਿ ਉੱਥੇ ਕੀ ਚੀਜ਼ ਵਧੀਆ ਲੱਗਦੀ ਆ। ਠੀਕ ਹੈ, ਇੱਦਾਂ ਹੀ ਤੁਸੀਂ ਕਰਨਾ ਆ ਕਿ ਲਾ ਲਾ ਕੇ ਹੀ ਦੇਖਣਾ ਆ। ਹੋਰ ਕੋਈ ਮੈਨੂੰ ਤੰਤਰ ਮੰਤਰ ਨਹੀਂ ਮਿਲਦੇ ਕਿ ਮੈਂ ਇੰਨਾ ਠੀਕ ਠਾਕ ਮਿਊਜ਼ਿਕ ਬਣਾ ਲੈਂਦਾ ਹਾਂ। ਠੀਕ ਹੈ ਜੀ। ਇੱਕ ਚਿੱਤ ਕਰੇ ਮਿੱਟੀ ਪੈਰਾਂ ਵਾਲੀ, ਚੱਕ ਲਾਂ ਦਿਲ ਦੀ ਪਟਾਰੀ ਵਿੱਚ ਸਾਂਭ ਕੇ ਹਾਂ ਰੱਖ ਲਾਂ। ਪਟਾਰੀ ਵਿੱਚ ਸਾਂਭ ਕੇ ਹਾਂ ਰੱਖ ਲਾਂ। ਇੱਕ ਪਟਾਰੀ। ਇੱਥੋਂ ਤੁਸੀਂ ਕੀ ਕਰਨਾ ਕਿ ਜਿਹੜੀ ਤੁਹਾਡੀ ਰੋਡ ਆ ਅਤੇ ਆਹ ਥੱਲੇ ਪਿਆਨੋ ਦਾ ਸੈਂਪਲ ਆ, ਇਹਨੂੰ ਵੀ ਇੱਦਾਂ ਕੱਟ ਦੇਣਾ ਆ। ਇੱਕ ਕਿਉਂਕਿ ਜਿੱਥੇ ਸਨੇਅਰ ਆਵੇ ਉੱਥੇ ਸਾਰਾ ਕੁਛ ਥੰਮ ਜੇ, ਖਾਲੀ ਹੋ ਜੇ, ਅਤੇ ਉਹ ਫਿਰ ਦੁਬਾਰਾ ਚੱਕੀ ਜਾਵੇ ਵੋਕਲ। ਇੱਦਾਂ ਆਪਾਂ ਕਰਨਾ ਹੈ। ਠੀਕ ਹੈ ਜੀ, ਕੰਸੈਪਟ ਸਮਝ ਆ ਗਿਆ ਤੁਹਾਨੂੰ। ਇੱਕ ਚਿੱਤ ਕਰੇ ਮਿੱਟੀ ਪੈਰਾਂ ਵਾਲੀ, ਚੱਕ ਲਾਂ ਦਿਲ ਦੀ ਪਟਾਰੀ ਵਿੱਚ ਸਾਂਭ ਕੇ ਹਾਂ ਰੱਖ ਲਾਂ। ਹੁਣ ਆਪਾਂ ਕੀ ਕਰਨਾ ਹੈ ਕਿ ਜਿਹੜਾ ਸਾਰਾ ਕੁਛ ਆਪਾਂ ਕੋਰਸ 'ਤੇ ਲਾਇਆ ਸੀਗਾ ਉਹ ਸਾਰਾ ਕੁਛ ਹੀ ਕਾਪੀ ਕਰਕੇ ਆਪਾਂ ਅੱਗੇ ਪੇਸਟ ਕਰ ਦੇਣਾ ਆ। ਠੀਕ ਹੈ ਜੀ, ਇੱਦਾਂ ਇੱਥੇ ਪੇਸਟ ਕਰਦੇ ਹਾਂ, ਸੁਣਦੇ ਕੀ ਬਣਿਆ, ਕਿਉਂਕਿ ਆਪਾਂ ਨੂੰ ਇਹ ਲਾਈਨ 'ਤੇ ਵੀ ਉਹੀ ਪੰਚ ਚਾਹੀਦਾ ਆ। ਇੱਕ ਚਿੱਤ ਕਰੇ ਮਿੱਟੀ ਪੈਰਾਂ ਵਾਲੀ, ਚੱਕ ਲਾਂ ਦਿਲ ਦੀ, ਜਾਂ ਫਿਰ ਇੱਕ ਕੰਮ ਕਰਦੇ ਹਾਂ ਇੱਥੋਂ ਜਿਹੜੇ ਪਿਆਨੋ ਦੇ ਸੈਂਪਲ ਆ ਉਹ ਕੱਟ ਦਿੰਦੇ ਹਾਂ। ਆ
वाला कट दिने गाइस। एक जित करी मिट्टी पैरा वाली चकला दिल दी पटारी विच सांव की हरखला मैं रब बहुना चकला दिल दी पटारी विच सांव की हरख विच सांव की हरखला नाम जपदा नी सारा दिन नाम जपदा नाम प्यारा वाला सांव उत्ते चढ़ गई नी ना इतने ना गया वो फिर विच आ गया। बेसिकली ये प्रॉब्लम तो आ रही है क्योंकि ये वोकल किसी होर म्यूजिक दे नाल रिकॉर्ड हुई सीगियां तो मेरे को सैपरेट पईयां तां करके मैं ना उत्ते लैक्चर बनाता कि वो कॉपीराइट इशू भी ना आवे तुहानू भी सीखण नू मिल जाए। ठीक है जी नाम प्यारा वाला सा उत्ते चढ़ गई ने या फिर इत्थे आपां एक कम कर सकते हैं इत्थों थोड़े जे ड्रम्स हटा के आ सारे ड्रम्स हटा के इत्थे कुछ होर ला के देखते हैं। उस तो बाद फिर आना नागनी जी तोर जटिए नागनी जी तो ठीक है जी हुण तुसीं की करना है पिछला सारा स्ट्रक्चर ही कॉपी करके इत्थे ला देना नागनी जी तोर जटिए दिल सिरे तक मैं तेरा दा ठारगी नी तुसीं आ जिन्ना स्ट्रक्चर सी तुहाडा पिछे वाली कोरस दा वो सारा ही कॉपी करके अगे वाली कोरस से अप्लाई करना है बट वेरिएशन लानी है उत्थे ये वर्ड नू अपने दिमाग दे नाल बन लो कि हाँ जी वेरिएशन भी एक बदलाव का नाम आ ते असी वो आपदे गाने दे अंदर लानी ही लानी है। ठीक है जी ते ये हुण आपां सारा तां लै जांदे आ ते इत्थे सुणदे आ भी आपां हुण इत्थे कुछ मिक्स एंड मैच जिहा होया आ प्यार तां वैसे गंद ही होना आ एक बार सुन लैंदे आ की बन गया दिल दी पटारी विच सांव की है रख नाम जपदा नी सारा हां जी सो आपां ड्रम इथों भी कट कर दिन्ने आ हुण सुनदे आ की बणिया है। एक मिनट पंगा पै गया थोड़ा जिहा मन लगदा इधर ये सारा कुछ की गल ग्रिड ते नहीं हैगा गाइस सारा कुछ इत्थे ग्रिड ते नहीं हैगा देखो क्योंकि ये माइनर दियां चीज़ां दा बहुत ज़्यादा ध्यान रखना पैंदा आ तां कि विच मुड़ के गंद ना पवे गाने दे बस हो गया सारा कुछ ग्रिड च आओ जी हुण सुनदे आ दिल दी पटारी विच सांव की है रखला नाम जपदा नी सारा दिन नाम जपदा नाम प्यारा वाला इत्थों ड्रम कट कर दिन्ने आ सांव की है रखला नाम जपदा नी सारा दिन नाम जपदा नाम प्यारा वाला सांव उत्ते चढ़ गई नी नागणी जी तोर जटिए डंग नागणी जी तोर जटिए डंग मित्र। ठीक है जी सो ये आपां इदां अरेंजमेंट्स कर सकते हैं हुण अज दी वीडियो दे विच मतलब बेसिकली अज दी वीडियो दे विच इन्ना कुछ ही सीगा कि आपां ये सारा कुछ किदां कर सकते हैं तुहाडा ज़्यादा टाइम ना लैंदे होए मैं तुहानू इक्को गल कहनी है कि चैनल जरूर सबसक्राइब कर लियो जे तुहानू इदां दा कंटेंट ही वधिया लगदा आ जे अज दी वीडियो 1% भी वधिया लगी होवे चों कुछ सीखण नू मिलिया होवे तां इहनू लाइक जरूर कर दिओ चैनल नू। ठीक है जी थले कमेंट करके जरूर दस्यो मैनू ते मैनू इंस्टाग्राम ते भी जरूर फॉलो कर लियो इट्स विक्रम प्रो मेरी आईडी आ कोई भी तुहानू क्वेरी आ म्यूजिक प्रोडक्शन दे रिलेटेड कोई भी क्वेश्चन आ माइंड दे अंदर मैनू उत्थे पुछ सकदे हो मैं हरेक दे रिप्लाई दे दिंदा आ ते जिहड़ा 3000 सबसक्राइबरस वाला सैंपल पैक आ उह ग्रैब करन दे लई सबसक्राइबर गोल छेती छेती कंप्लीट करवा दो